ਐਲਵਿਸ਼ ਯਾਦਵ ਮੁੜ ਵਿਵਾਦਾਂ ਦੇ ਵਿੱਚ ਆ ਗਏ ਨੇ। ਐਲਵਿਸ਼ ਯਾਦਵ ਦੇ ਵੱਲੋਂ ਇੱਕ ਨੌਜਵਾਨ ਦੀ ਉਸਦੀ ਦੁਕਾਨ ਦੇ ਅੰਦਰ ਵੜ ਕੇ ਕੁੱਟਮਾਰ ਕੀਤੀ ਗਈ ਹੈ। ਐਲਵਿਸ਼ ਯਾਦਵ ਜੋ ਕਿ ਇੱਕ ਕਾਫੀ ਫੇਮਸ ਯੂਟਿਊਬਰ ਨੇ, ਬਿਗ ਬੌਸ OTT ਦੇ ਵਿਜੇਤਾ ਰਹਿ ਚੁੱਕੇ ਨੇ, ਹਾਲ ਹੀ ਦੇ ਵਿੱਚ ਸਚਿਨ ਤੇਂਦੁਲਕਰ ਦੇ ਨਾਲ ਕ੍ਰਿਕਟ ਖੇਡਦੇ ਵੀ ਨਜ਼ਰ ਆਏ ਸੀ। ਕਾਮੇਡੀਅਨ ਅਤੇ ਬਿਗ ਬੌਸ 17 ਦੇ ਵਿਜੇਤਾ ਮੁਨਵਰ ਫਾਰੂਕੀ ਦੇ ਨਾਲ ਵੀ ਹੈਂਗਆਊਟ ਕਰਦੇ ਹੋਏ ਐਲਵਿਸ਼ ਯਾਦਵ ਨਜ਼ਰ ਆਏ ਸੀ। ਕਾਫੀ ਫੇਮਸ ਚਿਹਰਾ ਹੈ ਐਲਵਿਸ਼ ਯਾਦਵ ਯੂਟਿਊਬਰ ਕਮਿਊਨਿਟੀ ਦਾ ਤੇ ਜ਼ਿਆਦਾਤਰ ਵਿਵਾਦਾਂ ਦੇ ਵਿੱਚ ਰਹਿਣ ਵਾਲਾ ਚਿਹਰਾ ਇਹ। ਦੱਸ ਦਈਏ ਕਿ ਥੋੜ੍ਹੇ ਦਿਨ ਪਹਿਲਾਂ ਵੀ ਐਲਵਿਸ਼ ਯਾਦਵ ਦੇ ਵੱਲੋਂ ਆਪਣੇ ਇੱਕ ਫੈਨ ਨੂੰ ਥੱਪੜ ਮਾਰਿਆ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਪੁਸ਼ਟੀਕਰਨ ਵੀ ਕੀਤਾ, ਸਪਸ਼ਟੀਕਰਨ ਆਪਣਾ ਦਿੱਤਾ, ਤਾਂ ਬਾਰ ਬਾਰ ਐਲਵਿਸ਼ ਯਾਦਵ ਚਰਚਾ ਦਾ ਮੁੱਦਾ ਬਣ ਰਹੇ ਨੇ, ਚਰਚਾ ਦਾ ਵਿਸ਼ਾ ਬਣ ਰਹੇ ਨੇ। ਅਤੇ ਇਹ ਤਸਵੀਰਾਂ ਵੀ ਹੁਣ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇੱਕ ਯੂਜ਼ਰ ਜੋ ਕਿ ਟਵਿੱਟਰ ਯੂਜ਼ਰ ਹੈ, ਪਹਿਲਾਂ ਇਸ ਨੌਜਵਾਨ ਜਿਸਨੇ ਹਰੀ ਟੀ ਸ਼ਰਟ ਪਾਈ ਹੋਈ ਹੈ, ਇਸ ਨੌਜਵਾਨ ਦੇ ਨਾਲ ਐਲਵਿਸ਼ ਯਾਦਵ ਦੀ ਟਵਿੱਟਰ 'ਤੇ ਬਹਿਸ ਹੁੰਦੀ ਹੈ। ਬਾਅਦ ਦੇ ਵਿੱਚ ਦਿੱਲੀ ਦੀ ਇੱਕ ਥਾਂ 'ਤੇ ਦੋਨੋਂ ਮਿਲਣ ਦੀ ਗੱਲ ਆਖਦੇ ਨੇ, ਆਮੋ ਸਾਹਮਣਾ ਕਰਨ ਦੀ ਗੱਲ ਆਖਦੇ ਨੇ। ਟਵਿੱਟਰ 'ਤੇ ਇਹ ਵੌਰ ਕਹਿ ਸਕਦੇ ਹੋ ਇੱਕ ਦੂਜੇ ਦੀ, ਜੇ ਆਸਾਨ ਭਾਸ਼ਾ ਦੇ ਵਿੱਚ ਕਹੀਏ ਜਾਂ ਫਿਰ ਜੇ ਟ੍ਰੈਂਡਿੰਗ ਭਾਸ਼ਾ ਦੇ ਵਿੱਚ ਕਹੀਏ ਤਾਂ ਇਸ ਨੂੰ ਅਸੀਂ ਮੈਸੇਜ ਵੌਰ ਕਹਿ ਦਿੰਦੇ ਹਾਂ, ਟਵਿੱਟਰ ਵੌਰ ਕਹਿ ਦਿੰਦੇ ਹਾਂ। ਤਾਂ ਆਪਸ ਦੇ ਵਿੱਚ ਇਹਨਾਂ ਦੋਹਾਂ ਦੀ ਚੱਲ ਰਹੀ ਸੀ, ਤਾਂ ਐਲਵਿਸ਼ ਯਾਦਵ ਨੂੰ ਉਸ ਮੁੰਡੇ ਨੇ ਚੈਲੰਜ ਕੀਤਾ ਅਤੇ ਕਿਹਾ ਕਿ 1-on-1 ਯਾਨੀ ਕਿ ਆਮੋ ਸਾਹਮਣੇ ਹੋ ਜਾਂਦੇ ਹਾਂ। ਤਾਂ ਐਲਵਿਸ਼ ਯਾਦਵ ਨੇ ਉਸਦਾ ਚੈਲੰਜ ਐਕਸੈਪਟ ਕਰਦੇ ਹੋਏ ਉਸਦੀ ਦੁਕਾਨ 'ਤੇ ਹਮਲਾ ਕੀਤਾ। ਇਹ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ, ਕਿੰਨੇ ਸਾਰੇ ਨੌਜਵਾਨ ਲੈ ਕੇ ਪਹੁੰਚਿਆ ਹੈ ਐਲਵਿਸ਼ ਯਾਦਵ ਇਸ ਦੀ ਦੁਕਾਨ ਦੇ ਵਿੱਚ। ਇੰਝ ਜਾਪਦਾ ਹੈ ਕਿ ਕਿਸੇ ਬਦਮਾਸ਼ ਦੇ ਵੱਲੋਂ ਕਿਸੇ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਕਿਉਂਕਿ ਇੰਨੇ ਸਾਰੇ ਨਾਲ ਨੌਜਵਾਨ ਲੈ ਕੇ ਆਇਆ ਐਲਵਿਸ਼ ਯਾਦਵ, ਇਕੱਲੇ ਨੌਜਵਾਨ ਨੂੰ ਟੁੱਟ ਕੇ ਪੈ ਗਿਆ। ਤਾਂ ਤਸਵੀਰਾਂ ਦਿੱਲੀ ਦੇ ਇੱਕ ਸ਼ੋਰੂਮ ਦੀਆਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਇਹ ਸ਼ਖਸ ਜੋ ਕਿ ਪਹਿਲਾਂ ਐਲਵਿਸ਼ ਯਾਦਵ ਦੇ ਨਾਲ ਟਵਿੱਟਰ 'ਤੇ ਬਹਿਸਬਾਜ਼ੀ ਦੇ ਵਿੱਚ ਲੜਦਾ ਹੈ, ਬਾਅਦ ਦੇ ਵਿੱਚ ਦੋਨੇ ਟਵਿੱਟਰ 'ਤੇ ਹੀ ਇੱਕ ਦੂਜੇ ਨੂੰ ਮਿਲਣ ਦੀ ਗੱਲ ਆਖਦੇ ਨੇ, ਆਮੋ ਸਾਹਮਣਾ ਕਰਨ ਦੀ ਗੱਲ ਆਖਦੇ ਨੇ। ਬਾਅਦ ਦੇ ਵਿੱਚ ਦੇਖੋ ਕਿਵੇਂ ਐਲਵਿਸ਼ ਯਾਦਵ ਸਿੱਧਾ ਆ ਕੇ ਥੱਪੜ ਜੜਦਾ ਹੋਇਆ ਦਿਖਾਈ ਦਿੱਤਾ ਹੈ, ਬੜੀ ਬੁਰੀ ਤਰੀਕੇ ਨਾਲ ਲੜੇ ਨੇ ਆਪਸ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਸਮੇਂ ਇੱਦਾਂ ਲੱਗਿਆ ਕਿ ਦੋਵੇਂ ਮਜ਼ਾਕ ਕਰ ਰਹੇ ਨੇ, ਬਾਅਦ ਦੇ ਵਿੱਚ ਪਾਣੀ ਵੀ ਪੀਣ ਲੱਗ ਜਾਂਦੇ ਨੇ। ਪਰ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸਵੇਰ ਤੋਂ ਟਵਿੱਟਰ 'ਤੇ ਟ੍ਰੈਂਡਿੰਗ ਦੇ ਵਿੱਚ ਹੈ, ਤਾਂ ਤੁਹਾਡਾ ਕੀ ਕਹਿਣਾ ਹੈ? ਕਿਉਂਕਿ ਐਲਵਿਸ਼ ਯਾਦਵ ਆਪਣੇ ਇਸ ਬਦਮਾਸ਼ੀ ਵਾਲੇ ਰੂਪ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੀ ਰਹਿੰਦੇ ਨੇ, ਕਦੇ ਫੈਨਸ ਦੇ ਥੱਪੜ ਜੜਤਾ ਅਤੇ ਕਦੇ ਟਵਿੱਟਰ ਯੂਜ਼ਰ ਦੇ। ਤਾਂ ਤੁਹਾਡਾ ਕੀ ਕਹਿਣਾ ਐਲਵਿਸ਼ ਯਾਦਵ ਦੇ ਬਾਰੇ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਐਲਵਿਸ਼ ਯਾਦਵ ਮੁੜ ਵਿਵਾਦਾਂ ਦੇ ਵਿੱਚ ਆ ਗਏ ਨੇ। ਐਲਵਿਸ਼ ਯਾਦਵ ਦੇ ਵੱਲੋਂ ਇੱਕ ਨੌਜਵਾਨ ਦੀ ਉਸਦੀ ਦੁਕਾਨ ਦੇ ਅੰਦਰ ਵੜ ਕੇ ਕੁੱਟਮਾਰ ਕੀਤੀ ਗਈ ਹੈ। ਐਲਵਿਸ਼ ਯਾਦਵ ਜੋ ਕਿ ਇੱਕ ਕਾਫੀ ਫੇਮਸ ਯੂਟਿਊਬਰ ਨੇ, ਬਿਗ ਬੌਸ OTT ਦੇ ਵਿਜੇਤਾ ਰਹਿ ਚੁੱਕੇ ਨੇ, ਹਾਲ ਹੀ ਦੇ ਵਿੱਚ ਸਚਿਨ ਤੇਂਦੁਲਕਰ ਦੇ ਨਾਲ ਕ੍ਰਿਕਟ ਖੇਡਦੇ ਵੀ ਨਜ਼ਰ ਆਏ ਸੀ। ਕਾਮੇਡੀਅਨ ਅਤੇ ਬਿਗ ਬੌਸ 17 ਦੇ ਵਿਜੇਤਾ ਮੁਨਵਰ ਫਾਰੂਕੀ ਦੇ ਨਾਲ ਵੀ ਹੈਂਗਆਊਟ ਕਰਦੇ ਹੋਏ ਐਲਵਿਸ਼ ਯਾਦਵ ਨਜ਼ਰ ਆਏ ਸੀ। ਕਾਫੀ ਫੇਮਸ ਚਿਹਰਾ ਹੈ ਐਲਵਿਸ਼ ਯਾਦਵ ਯੂਟਿਊਬਰ ਕਮਿਊਨਿਟੀ ਦਾ ਤੇ ਜ਼ਿਆਦਾਤਰ ਵਿਵਾਦਾਂ ਦੇ ਵਿੱਚ ਰਹਿਣ ਵਾਲਾ ਚਿਹਰਾ ਇਹ। ਦੱਸ ਦਈਏ ਕਿ ਥੋੜ੍ਹੇ ਦਿਨ ਪਹਿਲਾਂ ਵੀ ਐਲਵਿਸ਼ ਯਾਦਵ ਦੇ ਵੱਲੋਂ ਆਪਣੇ ਇੱਕ ਫੈਨ ਨੂੰ ਥੱਪੜ ਮਾਰਿਆ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਪੁਸ਼ਟੀਕਰਨ ਵੀ ਕੀਤਾ, ਸਪਸ਼ਟੀਕਰਨ ਆਪਣਾ ਦਿੱਤਾ, ਤਾਂ ਬਾਰ ਬਾਰ ਐਲਵਿਸ਼ ਯਾਦਵ ਚਰਚਾ ਦਾ ਮੁੱਦਾ ਬਣ ਰਹੇ ਨੇ, ਚਰਚਾ ਦਾ ਵਿਸ਼ਾ ਬਣ ਰਹੇ ਨੇ। ਅਤੇ ਇਹ ਤਸਵੀਰਾਂ ਵੀ ਹੁਣ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇੱਕ ਯੂਜ਼ਰ ਜੋ ਕਿ ਟਵਿੱਟਰ ਯੂਜ਼ਰ ਹੈ,
ਪਹਿਲਾਂ ਇਸ ਨੌਜਵਾਨ ਜਿਸਨੇ ਹਰੀ ਟੀ ਸ਼ਰਟ ਪਾਈ ਹੋਈ ਹੈ, ਇਸ ਨੌਜਵਾਨ ਦੇ ਨਾਲ ਐਲਵਿਸ਼ ਯਾਦਵ ਦੀ ਟਵਿੱਟਰ 'ਤੇ ਬਹਿਸ ਹੁੰਦੀ ਹੈ। ਬਾਅਦ ਦੇ ਵਿੱਚ ਦਿੱਲੀ ਦੀ ਇੱਕ ਥਾਂ 'ਤੇ ਦੋਨੋਂ ਮਿਲਣ ਦੀ ਗੱਲ ਆਖਦੇ ਨੇ, ਆਹਮੋ ਸਾਹਮਣਾ ਕਰਨ ਦੀ ਗੱਲ ਆਖਦੇ ਨੇ ਟਵਿੱਟਰ 'ਤੇ। ਇਹ ਵਾਰ ਕਹਿ ਸਕਦੇ ਹੋ ਇੱਕ ਦੂਜੇ ਦੀ, ਜੇ ਆਸਾਨ ਭਾਸ਼ਾ ਦੇ ਵਿੱਚ ਕਹੀਏ ਜਾਂ ਫਿਰ ਜੇ ਟ੍ਰੈਂਡਿੰਗ ਭਾਸ਼ਾ ਦੇ ਵਿੱਚ ਕਹੀਏ ਤਾਂ ਇਸਨੂੰ ਅਸੀਂ ਮੈਸੇਜ ਵਾਰ ਕਹਿ ਦਿੰਦੇ ਹਾਂ, ਟਵਿੱਟਰ ਵਾਰ ਕਹਿ ਦਿੰਦੇ ਹਾਂ। ਤਾਂ ਆਪਸ ਦੇ ਵਿੱਚ ਇਹਨਾਂ ਦੋਹਾਂ ਦੀ ਚੱਲ ਰਹੀ ਸੀ, ਤਾਂ ਐਲਵਿਸ਼ ਯਾਦਵ ਨੂੰ ਉਸ ਮੁੰਡੇ ਨੇ ਚੈਲੰਜ ਕੀਤਾ ਅਤੇ ਕਿਹਾ ਕਿ 1-on-1 ਯਾਨੀ ਕਿ ਆਹਮੋ ਸਾਹਮਣੇ ਹੋ ਜਾਂਦੇ ਹਾਂ। ਤਾਂ ਐਲਵਿਸ਼ ਯਾਦਵ ਨੇ ਉਸਦਾ ਚੈਲੰਜ ਐਕਸੈਪਟ ਕਰਦੇ ਹੋਏ ਉਸਦੀ ਦੁਕਾਨ 'ਤੇ ਹਮਲਾ ਕੀਤਾ। ਇਹ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ, ਕਿੰਨੇ ਸਾਰੇ ਨੌਜਵਾਨ ਲੈ ਕੇ ਪਹੁੰਚਿਆ ਇਹ ਐਲਵਿਸ਼ ਯਾਦਵ ਇਸਦੀ ਦੁਕਾਨ ਦੇ ਵਿੱਚ। ਇੰਝ ਜਾਪਦਾ ਹੈ ਕਿ ਕਿਸੇ ਬਦਮਾਸ਼ ਦੇ ਵੱਲੋਂ ਕਿਸੇ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਕਿਉਂਕਿ ਇੰਨੇ ਸਾਰੇ ਨਾਲ ਨੌਜਵਾਨ ਲੈ ਕੇ ਆਇਆ ਐਲਵਿਸ਼ ਯਾਦਵ, ਇਕੱਲੇ ਨੌਜਵਾਨ ਨੂੰ ਟੁੱਟ ਕੇ ਪੈ ਗਿਆ। ਤਾਂ ਤਸਵੀਰਾਂ ਦਿੱਲੀ ਦੇ ਇੱਕ ਸ਼ੋਰੂਮ ਦੀਆਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਇਹ ਸ਼ਖਸ ਜੋ ਕਿ ਪਹਿਲਾਂ ਐਲਵਿਸ਼ ਯਾਦਵ ਦੇ ਨਾਲ ਟਵਿੱਟਰ 'ਤੇ ਬਹਿਸਬਾਜ਼ੀ ਦੇ ਵਿੱਚ ਲੜਦਾ ਹੈ, ਬਾਅਦ ਦੇ ਵਿੱਚ ਦੋਨੇ ਟਵਿੱਟਰ 'ਤੇ ਹੀ ਇੱਕ ਦੂਜੇ ਨੂੰ ਮਿਲਣ ਦੀ ਗੱਲ ਆਖਦੇ ਨੇ, ਆਹਮੋ ਸਾਹਮਣਾ ਕਰਨ ਦੀ ਗੱਲ ਆਖਦੇ ਨੇ। ਬਾਅਦ ਦੇ ਵਿੱਚ ਦੇਖੋ ਕਿਵੇਂ ਐਲਵਿਸ਼ ਯਾਦਵ ਸਿੱਧਾ ਆ ਕੇ ਥੱਪੜ ਜੜਦਾ ਹੋਇਆ ਦਿਖਾਈ ਦਿੱਤਾ ਹੈ, ਬੜੀ ਬੁਰੀ ਤਰੀਕੇ ਨਾਲ ਲੜੇ ਨੇ ਆਪਸ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਸਮੇਂ ਇੱਦਾਂ ਲੱਗਿਆ ਕਿ ਦੋਵੇਂ ਮਜ਼ਾਕ ਕਰ ਰਹੇ ਨੇ, ਬਾਅਦ ਦੇ ਵਿੱਚ ਪਾਣੀ ਵੀ ਪੀਣ ਲੱਗ ਜਾਂਦੇ ਨੇ। ਪਰ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸਵੇਰ ਤੋਂ ਟਵਿੱਟਰ 'ਤੇ ਟ੍ਰੈਂਡਿੰਗ ਦੇ ਵਿੱਚ ਹੈ। ਤਾਂ ਤੁਹਾਡਾ ਕੀ ਕਹਿਣਾ ਹੈ, ਕਿਉਂਕਿ ਐਲਵਿਸ਼ ਯਾਦਵ ਆਪਣੇ ਇਸ ਬਦਮਾਸ਼ੀ ਵਾਲੇ ਰੂਪ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੀ ਰਹਿੰਦੇ ਨੇ, ਕਦੇ ਫੈਨਸ ਦੇ ਥੱਪੜ ਜੜਤਾ ਅਤੇ ਕਦੇ ਟਵਿੱਟਰ ਯੂਜ਼ਰ ਦੇ। ਤਾਂ ਤੁਹਾਡਾ ਕੀ ਕਹਿਣਾ ਐਲਵਿਸ਼ ਯਾਦਵ ਦੇ ਬਾਰੇ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ।